ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜ਼ਾ ਦੇਖੀ, ਘੋੜਿਆਂ ਦੀ ਸਜ਼ਾ ਉਸ ਵੇਲੇ ਦਿੱਤੀ ਗਈ ਸੀ। ਅਸੀਂ ਬੂਟਾ ਸਿੰਘ ਹੋਰਾਂ ਨੂੰ ਵੀ ਦੇਖੀ, ਬਰਨਾਲਾ ਹੋਰਾਂ ਨੂੰ ਵੀ ਦੇਖੀ। ਬਰਨਾਲਾ ਹੋਰਾਂ ਨੇ ਤਾਂ ਉਸ ਵੇਲੇ ਤਖ਼ਤੀ ਪਾ ਕੇ ਗੱਲ ਦੇ ਵਿੱਚ ਜਿਹੜੀ ਉਹ ਸੇਵਾ ਨਿਭਾਈ ਸੀਗੀ, ਉਸ ਵੇਲੇ ਜਿਹੜੀ ਉਹਨਾਂ ਨੂੰ ਸਜ਼ਾ ਹੋਈ ਸੀਗੀ। ਉਹਨਾਂ ਨੇ ਇੱਕ ਸ਼ਬਦ ਇਸਤੇਮਾਲ ਕੀਤਾ ਕਿ ਗੁਨਾਹ ਹੋਏ ਨੇ, ਗੁਨਾਹ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ ਔਰ ਉਸਦੀ ਸਜ਼ਾ ਜਿਹੜੀ ਹੈ ਉਹ ਹੁਣ ਦਿੱਤੀ ਜਾਏਗੀ। 15 ਦਿਨਾਂ 'ਚ ਸਪੈਸ਼ਲੀ 15 ਦਿਨਾਂ 'ਚ ਪੇਸ਼ ਵੀ ਹੋਣਾ ਪਿਆ। ਮੈਂ ਕਹਿੰਦਾ ਲਫ਼ਜ਼ ਕੋਈ ਵੀ ਵਰਤ ਲਿਆ, ਜੋ ਮੈਂ ਪਹਿਲਾਂ ਕਹਿ ਕੇ ਅਕਾਲ ਤਖ਼ਤ ਦਾ ਆਦੇਸ਼, ਉਹਦੇ ਉਹ ਪ੍ਰਵਾਨ ਹੈ, ਉਹਦੇ ਅੱਗੇ ਸਿਰ ਝੁਕਾ ਕੇ ਉਸਨੂੰ ਪ੍ਰਵਾਨ ਕਰਦੇ ਹਾਂ ਵਾਰ ਵਾਰ। ਤੁਸੀਂ ਲਫ਼ਜ਼ ਵਰਤਿਆ, ਇਹ ਦਰੁਸਤ ਹੈ, ਬਹੁਤ ਸੰਕਟ ਦੇ ਵਿੱਚ ਹੈ ਇਸ ਵੇਲੇ ਸਾਰਾ। ਅੰਗਰੇਜ਼ਾਂ ਖਿਲਾਫ਼ ਅਤੇ ਮੁਗਲਾਂ ਖਿਲਾਫ਼ ਸਾਡੇ ਗੁਰੂ ਲੜੇ, ਅੰਗਰੇਜ਼ਾਂ ਖਿਲਾਫ਼ ਸਾਡੇ ਬਜ਼ੁਰਗ ਲੜੇ, ਲੇਕਿਨ ਅਫਸੋਸ ਇਹ ਹੈ ਕਿ ਇਹ ਕੁਰਬਾਨੀਆਂ ਦਾ ਸ਼ਾਬਾਸ਼ ਦੇਣ ਦੀ ਬਜਾਏ ਸਾਨੂੰ ਸਜ਼ਾ ਮਿਲਦੀ ਰਹੀ ਹੈ। ਕਿਸੇ ਨੂੰ ਵਿਰੋਧੀ ਧੜਾ ਤਾਂ ਮੰਨਦਾ ਨਹੀਂ, ਨਾ ਮੈਂ ਕਿਸੇ ਨੂੰ ਵਿਰੋਧੀ ਜ਼ਿੰਦਗੀ 'ਚ ਮੰਨਿਆ, ਚਾਹੇ ਕੋਈ ਮੈਨੂੰ ਗਾਲਾਂ ਵੀ ਕੱਢੀ ਜਾਵੇ। ਕਿ ਸਾਡੇ ਸਾਹਮਣੇ ਜਿਹੜਾ ਮਸਲੇ ਹੈ ਉਹ ਸਾਡੇ ਆਪਸ ਮੇਂ ਉਲਝਣ ਦੇ ਰਹੀ, ਸਾਡੇ ਸਾਹਮਣੇ ਦਿੱਲੀ ਤੋਂ ਪੈਦਾ ਹੋਏ ਮਸਲੇ ਹੈ। ਜੇ ਤੁਸੀਂ ਕਹਿ ਰਹੇ ਹੋ ਕਿ ਸਾਡੀ ਸੋਚ ਪੰਥ ਦੀ ਸੋਚ ਹੈ, ਅਤੇ ਫਿਰ ਪੰਥ ਦੀ ਸੋਚ ਤਾਂ ਇਹ ਕਿ ਸਾਨੂੰ ਉਹਨਾਂ ਚੈਲੇਂਜਾਂ ਦੇ ਮੁਕਾਬਲੇ ਵਾਸਤੇ ਮੂੰਹ ਸਾਰਿਆਂ ਨੂੰ ਉੱਧਰ ਕਰਨਾ ਚਾਹੀਦਾ, ਬਜਾਏ ਕਿ ਅਸੀਂ ਆਪਸ ਮੇਂ ਉਲਝੇ ਰਹੀਏ। ਅਕਾਲੀ ਦਲ ਨੂੰ ਲੈ ਕੇ ਦੋ ਵੱਡੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪਹਿਲਾ, ਕਾਰਜਕਾਰੀ ਪ੍ਰਧਾਨ ਜਿਹੜੇ ਨੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੂੰ ਲਗਾ ਦਿੱਤਾ ਗਿਆ, ਔਰ ਦੂਸਰਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ, ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਤਨਖਈਆ ਕਰਾਰ ਦਿੱਤਾ ਗਿਆ ਵੈ, ਔਰ ਇਸ ਪੂਰੇ ਮਸਲੇ ਤੇ ਪਹਿਲੀ ਵਾਰ ਨਿਊਜ਼ 18 ਦੇ ਜੁੜਨਗੇ, ਪਹਿਲਾ ਇੰਟਰਵਿਊ ਦੇਣਗੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਹੋਰੀ। ਗੱਲਬਾਤ ਉਹਨਾਂ ਨਾਲ ਕਰ ਲੈਂਦੇ ਹਾਂ, ਕਿਉਂਕਿ ਕੰਡਿਆਂ ਭਰਾ ਤਾਜ ਜਿਹੜਾ ਵੈ ਉਹਨਾਂ ਦੇ ਸਿਰ ਦੇ ਉੱਤੇ ਹੁਣ ਸਜਾਇਆ ਗਿਆ ਵੈ, ਤਾਂ ਇੱਕ ਲੰਬਾ ਤਜਰਬਾ ਵੈ ਭੁੰਦੜ ਹੋਰਾਂ ਦਾ, ਐਮਰਜੈਂਸੀ ਦੇ ਦੌਰ ਦੇ ਵਿੱਚ ਜੇਲ੍ਹਾਂ ਵੀ ਕੱਟੀਆਂ ਨੇ, ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਸੱਜੀ ਬਾਂਹ ਬਣ ਰਹੇ ਨੇ ਸਰਦਾਰ ਬਲਵਿੰਦਰ ਸਿੰਘ ਭੁੰਦੜ। ਭੁੰਦੜ ਸਾਹਿਬ, ਬਹੁਤ ਸਵਾਗਤ ਤੁਹਾਡਾ। ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ ਤੁਹਾਡਾ ਪੰਕਜ ਜੀ। ਜਿਸ ਤਰੀਕੇ ਨਾਲ ਮੈਂ ਕਿਹਾ ਕੰਡਿਆਂ ਭਰਿਆ ਤਾਜ ਤੁਹਾਨੂੰ ਸਜਾਇਆ ਗਿਆ ਵੈ, ਕਿਉਂਕਿ ਇਸ ਵੇਲੇ ਅਕਾਲੀ ਦਲ ਦੀ ਹਾਲਤ ਬੇਹੱਦ ਖਰਾਬ ਹੈ, ਔਰ ਉਸ ਵੇਲੇ ਜਦੋਂ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਵੀ ਨੇ ਉਹਨਾਂ ਨੂੰ ਤਨਖਈਆ ਕਰਾਰ ਦੇ ਦਿੱਤਾ ਗਿਆ ਵੈ। ਜੋ ਤੁਸੀਂ ਲਫ਼ਜ਼ ਵਰਤਿਆ ਇਹ ਦਰੁਸਤ ਹੈ, ਬਹੁਤ ਸੰਕਟ ਦੇ ਵਿੱਚ ਹੈ ਇਸ ਵੇਲੇ ਸਾਰਾ ਪਾਰਟੀ, ਲੇਕਿਨ ਸਿੱਖ ਕੌਮ ਨੂੰ ਜਦੋਂ ਤੋਂ ਪੈਦਾ ਹੋਈ ਹੈ ਉਸ ਵੇਲੇ ਤੋਂ ਹੀ ਚੁਣੌਤੀਆਂ ਨੇ, ਹਮੇਸ਼ਾ ਚੁਣੌਤੀਆਂ ਵੀ ਦਿੱਲੀ ਦੀ ਸਰਕਾਰ ਵੱਲੋਂ ਰਹਿਣੀਆਂ, ਭਾਵੇਂ ਮੁਗਲ ਕਾਲ ਸੀ, ਭਾਵੇਂ ਅੰਗਰੇਜ਼ ਦਾ ਕਾਲ ਸੀ, ਭਾਵੇਂ ਕਾਂਗਰਸ ਦਾ ਸਮਾਂ ਸੀ ਅਤੇ ਭਾਵੇਂ ਅੱਜ ਦਾ ਸਮਾਂ ਹੈ, ਜਦੋਂ ਕਿ ਆਜ਼ਾਦੀ ਦੇ ਵਿੱਚ ਦੇਸ਼ ਦੀ ਆਜ਼ਾਦੀ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ। ਅੰਗਰੇਜ਼ਾਂ ਖਿਲਾਫ਼ ਅਤੇ ਮੁਗਲਾਂ ਖਿਲਾਫ਼ ਸਾਡੇ ਗੁਰੂ ਲੜੇ, ਅੰਗਰੇਜ਼ਾਂ ਖਿਲਾਫ਼ ਸਾਡੇ ਬਜ਼ੁਰਗ ਲੜੇ, ਲੇਕਿਨ ਅਫਸੋਸ ਇਹ ਹੈ ਕਿ ਇਹ ਕੁਰਬਾਨੀਆਂ ਦਾ ਸ਼ਾਬਾਸ਼ ਦੇਣ ਦੀ ਬਜਾਏ ਸਾਨੂੰ ਸਜ਼ਾ ਮਿਲਦੀ ਰਹੀ ਹੈ। ਇਸ ਕਰਕੇ ਮੈਂ ਸਮਝਦਾ ਕਿ ਚੈਲੇਂਜ ਅੱਜ ਨਹੀਂ, ਇਹ ਸਦਾ ਚੈਲੇਂਜ ਰਿਹਾ ਕੌਮ ਨੂੰ। ਜੇ ਬਹਾਦਰ ਕੌਮਾਂ ਨੇ ਉਹਨਾਂ ਨੂੰ ਚੈਲੇਂਜ ਹੁੰਦੇ ਹੀ ਹੁੰਦੇ ਨੇ, ਜੋ ਸਿਰ ਨੀਵਾਂ ਕਰਕੇ ਚੁੱਕਦੇ ਤੁਰਦੇ ਨੇ ਉਹਨਾਂ ਨੂੰ ਕੋਈ ਚੈਲੇਂਜ ਨਹੀਂ ਹੁੰਦਾ। ਸੁਖਬੀਰ ਸਿੰਘ ਬਾਦਲ ਅੱਜ ਤਨਖਈਆ ਕਰਾਰ ਦਿੱਤੇ ਗਏ ਹੈ, ਕੀ ਕਹਿਣਾ ਚਾਹੋਗੇ?
ਜਦੋਂ ਗੁਰੂ ਮਹਾਰਾਜ ਦੇ ਅੱਗੇ ਨਤਮਸਤਕ ਹੁੰਦਾ ਕੋਈ ਵੀ ਸਿੱਖ ਤਾਂ ਉਸ ਵੇਲੇ ਉਹ ਇੱਕੋ ਹੀ ਗੱਲ ਕਹਿੰਦਾ ਕਿ ਵਾਹਿਗੁਰੂ ਜੋ ਤੇਰਾ ਹੁਕਮ ਹੈ ਸਿਰ ਮੱਥੇ। ਇਸ ਕਰਕੇ ਜੋ ਹੁਕਮ ਹੈ ਅਕਾਲ ਤਖ਼ਤ ਦਾ ਉਹ ਸਿਰ ਮੱਥੇ ਸਿਰ ਝੁਕਾ ਕੇ ਉਸਨੂੰ ਮਨਜ਼ੂਰ ਕਰਦੇ ਆ। ਕਿਉਂਕਿ ਲਗਾਤਾਰ ਲੰਮੇ ਵੇਲੇ ਤੋਂ ਇਹ ਮੰਗ ਸੀ ਕਿ ਅਕਾਲੀ ਦਲ ਜਿਹੜਾ ਹਾਸ਼ੀਏ ਤੇ ਜਾ ਰਿਹਾ, ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਅਸਤੀਫਾ ਦੇਣਾ ਚਾਹੀਦਾ, ਜ਼ਿੰਮੇਵਾਰੀ ਤੁਹਾਨੂੰ ਜਾਂ ਕਿਸੇ ਹੋਰ ਨੂੰ ਦੇਣੀ ਚਾਹੀਦੀ ਹੈ, ਉਸ ਤੋਂ ਬਾਅਦ ਹੀ ਅਕਾਲੀ ਦਲ ਉੱਠੇਗਾ। ਪਾਰਟੀ ਦੇ ਅੰਦਰ ਵੀ ਇਸੇ ਕਰਕੇ ਬਗਾਵਤ ਹੋਈ, ਕਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਬਹੁਤ ਸਾਰੀਆਂ ਗਲਤੀਆਂ ਹੋਈਆਂ, ਉਸ ਦੀ ਮਾਫ਼ੀ ਵੀ ਮੰਗਣੀ ਚਾਹੀਦੀ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਸ਼ਿਕਾਇਤ ਵੀ ਹੋਈ, ਹੁਣ ਨਵੇਂ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ? ਜੋ ਹੋ ਰਿਹਾ ਹੈ ਅਕਾਲੀ ਦਲ ਇੱਕ ਧਰਮ ਦੇ ਅੱਗੇ ਸਿਰ ਝੁਕਾ ਕੇ ਤੁਰਨ ਵਾਲੀ ਪਾਰਟੀ ਹੈ, ਇਸ ਕਰਕੇ ਜੋ ਹੋ ਰਿਹਾ ਗੁਰੂ ਦੀ ਰਜ਼ਾ ਉਹਨੂੰ ਪ੍ਰਵਾਨ ਕਰਦੇ ਹਾਂ ਅਤੇ ਉਹਦਾ ਮੁਕਾਬਲਾ ਕਰਨ ਵਾਸਤੇ ਯਤਨ ਕਰਦੇ ਹਾਂ ਕਿ ਸਾਰੇ ਪੂਰਾ ਪੁਰਜੋਰ ਯਤਨ ਕਰਕੇ ਏਕਤਾ ਦੇ ਨਾਲ ਅੱਗੇ ਵਧ ਕੇ ਇਹਨਾਂ ਚੈਲੇਂਜਾਂ ਵਾਸਤੇ ਮਿਹਨਤ ਕਰੀਏ ਅਤੇ ਇਹਨਾਂ ਚੈਲੇਂਜਾਂ ਨੂੰ ਹੱਲ ਕਰੀਏ। ਕੱਲ੍ਹ ਤੁਸੀਂ ਨਿਊਜ਼ 18 ਤੇ ਇਹ ਵੀ ਕਿਹਾ ਸੀ ਕਿ ਸੀਜ਼ ਫਾਇਰ ਹੁਣ ਕਰਨਾ ਚਾਹੀਦਾ, ਬਾਕੀ ਧੜੇ ਨੂੰ ਲੈ ਕੇ ਤੁਸੀਂ ਕਿਹਾ ਸੀ ਕਿ ਤੁਸੀਂ ਪ੍ਰਧਾਨ ਬਣ ਕੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਅਸਤੀਫੇ ਦਾ ਜ਼ਿਕਰ ਹੁੰਦਾ ਸੀ, ਲੇਕਿਨ ਪ੍ਰਧਾਨਗੀ ਤੁਹਾਨੂੰ ਮਿਲ ਗਈ, ਬਾਕੀ ਧੜਾ ਅਜੇ ਵੀ ਕਹਿ ਰਿਹਾ, ਕਹਿੰਦੇ ਕਿ ਅਸਤੀਫਾ ਸੁਖਬੀਰ ਬਾਦਲ ਦਾ ਹੋਣਾ ਚਾਹੀਦਾ। ਮੈਂ ਕਿਸੇ ਨੂੰ ਵਿਰੋਧੀ ਧੜਾ ਤਾਂ ਮੰਨਦਾ ਨਹੀਂ, ਨਾ ਮੈਂ ਕਿਸੇ ਨੂੰ ਵਿਰੋਧੀ ਜ਼ਿੰਦਗੀ 'ਚ ਮੰਨਿਆ, ਚਾਹੇ ਕੋਈ ਮੈਨੂੰ ਗਾਲਾਂ ਵੀ ਕੱਢੀ ਜਾਵੇ, ਲੇਕਿਨ ਮੈਂ ਇੱਕ ਜ਼ਰੂਰ ਅਪੀਲ ਕਰਦਾ ਕਿ ਸਾਡੇ ਸਾਹਮਣੇ ਜਿਹੜਾ ਮਸਲੇ ਹੈ ਉਹ ਸਾਡੇ ਆਪਸ ਵਿੱਚ ਉਲਝਣ ਦੇ ਰਹੀ, ਸਾਡੇ ਸਾਹਮਣੇ ਦਿੱਲੀ ਤੋਂ ਪੈਦਾ ਹੋਏ ਮਸਲੇ ਹੈ ਔਰ ਸ਼ੁਰੂ ਵੀ ਆਜ਼ਾਦੀ ਤੋਂ ਬਾਅਦ ਇਕਦਮ ਹੋ ਗਏ ਨੂੰ ਅੱਜ ਤੱਕ ਹੱਲ ਨਹੀਂ ਹੋਏ, ਵੱਧਦੇ ਜਾ ਰਹੇ ਨੇ, ਕਿਸੇ ਵੇਲੇ ਥੋੜ੍ਹਾ ਘੜਾ ਰਿਲੀਫ ਮਿਲਿਆ, ਲੇਕਿਨ ਕੁੱਲ ਮਿਲਾ ਕੇ ਮਸਲੇ ਤੇ ਮਸਲਾ ਪੈਦਾ ਹੁੰਦਾ ਗਿਆ। ਇਸ ਕਰਕੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਸਾਡੀ ਸੋਚ ਪੰਥ ਦੀ ਸੋਚ ਹੈ, ਤੇ ਫਿਰ ਪੰਥ ਦੀ ਸੋਚ ਤਾਂ ਹੈ ਕਿ ਸਾਨੂੰ ਉਹਨਾਂ ਚੈਲੇਂਜਾਂ ਦੇ ਮੁਕਾਬਲੇ ਵਾਸਤੇ ਮੂੰਹ ਸਾਰਿਆਂ ਨੂੰ ਉੱਧਰ ਕਰਨਾ ਚਾਹੀਦਾ ਬਜਾਏ ਕਿ ਅਸੀਂ ਆਪਸ ਵਿੱਚ ਉਲਝੇ ਰਹੀਏ। ਸੋ ਮੇਰੀ ਤਾਂ ਸਭ ਨੂੰ ਅਪੀਲ ਹੈ ਕਿ ਹੁਣ ਸਾਨੂੰ ਇਹ ਸੋਚਣਾ ਚਾਹੀਦਾ, ਉਹ ਸੋਚਣ ਦੀ ਘੜੀ ਆ ਗਈ ਹੈ। ਬਹੁਤ ਵੀਰ ਸੋਚ ਵੀ ਰਹੇ, ਮੇਰੇ ਕੋਲ ਬੜੇ ਟੈਲੀਫੋਨ ਆ ਰਹੇ ਨੇ, ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਕਹਿੰਦੇ ਨੇ ਕਿ ਠੀਕ ਹੈ ਅਸੀਂ ਚਾਹੁੰਦੇ ਹਾਂ ਕਿ ਚੱਲਿਆ ਜਾਵੇ ਰਲ ਕੇ ਔਰ ਪਾਰਟੀ ਦੀ ਮਜ਼ਬੂਤੀ ਵਾਸਤੇ ਖੋ ਕੇ ਕੰਮ ਕਰੀਏ। ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜੋ ਸਾਡੇ ਮਸਲੇ ਨੇ ਉਹਨਾਂ ਦੇ ਹੱਲ ਵਾਸਤੇ ਸਾਨੂੰ ਇੱਕ ਜ਼ਬਾਨ ਹੋ ਕੇ, ਜਿਸ ਵੱਲੋਂ ਮਸਲੇ ਪੈਦਾ ਹੋਏ ਨੇ ਉਹਦੇ ਖਿਲਾਫ਼ ਅਸੀਂ ਆਪਣਾ ਸਾਰਾ ਜਿਹੜਾ ਹੈ ਤਾਕਤ ਹੈ ਜਿਹੜੀ ਵਰਤੀਏ। ਕਿਉਂਕਿ ਹੁਣ ਤਨਖਈਆ ਕਰਾਰ ਦਿੱਤਾ ਗਿਆ ਔਰ ਇਹ ਵੀ ਕਿਹਾ ਕਿ ਉਸ ਵੇਲੇ ਜਿਹੜੀ ਕੈਬਨਿਟ ਸੀ ਉਹਨਾਂ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ, ਉਸ ਦੇ ਵਿੱਚ ਬੀਬੀ ਜਗੀਰ ਕੌਰ ਵੀ ਸੀ, ਉਸ ਦੇ ਵਿੱਚ ਢੀਂਡਸਾ ਹੋਰੀ ਵੀ ਸੀ, ਉਸ ਦੇ ਵਿੱਚ ਡਾਕਟਰ ਦਲਜੀਤ ਚੀਮਾ ਹੋਰੀ ਵੀ ਸੀ, ਉਹਨਾਂ ਤੋਂ ਵੀ ਸਪਸ਼ਟੀਕਰਨ ਜਿਹੜਾ ਉਹ ਮੰਗਿਆ ਗਿਆ। ਜੋ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਆਉਂਦਾ ਹੈ ਸੋ ਉਹਦੇ ਤੇ ਮੈਂ ਤਾਂ ਇਹੀ ਕਹਾਂਗਾ ਕਿ ਜੋ ਅਕਾਲ ਤਖ਼ਤ ਕਰਦਾ ਸਤ ਵਚਨ, ਮੈਂ ਕਿਸੇ ਨੂੰ ਨਾ ਲੈ ਕੇ ਕਿ ਫਲਾਣੇ ਨੂੰ ਐਂ ਕਰ ਦੋ ਵੀ ਮੈਂ ਨਾ ਕਹਿਣਾ, ਮੈਂ ਤਾਂ ਕੋਈ ਗੱਲ ਕਹਿਣਾ ਕਿ ਜੋ ਅਕਾਲ ਤਖ਼ਤ ਤੋਂ ਹੁਕਮ ਆ ਗਿਆ ਪ੍ਰਧਾਨ ਜੀ ਨੇ ਮੰਨ ਲਿਆ, ਬਾਕੀ ਹੁਕਮ ਅਕਾਲ ਤਖ਼ਤ ਹੈ, ਜਿਨ੍ਹਾਂ ਨੂੰ ਆਇਆ ਸੋਚਣਗੇ ਉਹ। ਦੂਸਰਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਸੁਪਰੀਮੋ ਨੇ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਜ਼ਾ ਦੇਖੀ, ਕੋੜਿਆਂ ਦੀ ਸਜ਼ਾ ਉਸ ਵੇਲੇ ਦਿੱਤੀ ਗਈ ਸੀ, ਅਸੀਂ ਬੂਟਾ ਸਿੰਘ ਹੋਰਾਂ ਨੂੰ ਵੀ ਦੇਖੀ, ਬਰਨਾਲਾ ਹੋਰਾਂ ਨੂੰ ਵੀ ਦੇਖੀ, ਬਰਨਾਲਾ ਹੋਰਾਂ ਨੇ ਤਾਂ ਉਸ ਵੇਲੇ ਤਖ਼ਤੀ ਪਾ ਕੇ ਗੱਲ ਦੇ ਵਿੱਚ ਜਿਹੜੀ ਉਹ ਸੇਵਾ ਨਿਭਾਈ ਸੀਗੀ, ਉਸ ਵੇਲੇ ਜਿਹੜੀ ਉਹਨਾਂ ਨੂੰ ਸਜ਼ਾ ਹੋਈ ਸੀਗੀ, ਹੁਣ ਅੱਜ ਜੋ ਕੁਛ ਫੈਸਲਾ ਲਿੱਤਾ ਗਿਆ ਕਿਸ ਤਰੀਕੇ ਨਾਲ ਦੇਖਦੇ? ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਹੈ ਕਿ ਅਕਾਲ ਤਖ਼ਤ ਦੇ ਅੱਗੇ
ਕਿੰਤੂ ਲਫ਼ਜ਼ੀ ਹੈ ਨਹੀਂ ਸਾਡੇ ਕੋਲ, ਅਸੀਂ ਸਿਰ ਝੁਕਾਉਂਦੇ ਹਾਂ ਉਸ ਫੈਸਲੇ 'ਤੇ। ਉਹਨਾਂ ਨੇ ਇੱਕ ਸ਼ਬਦ ਇਸਤੇਮਾਲ ਕੀਤਾ ਕਿ ਗੁਨਾਹ ਹੋਏ ਨੇ, ਗੁਨਾਹ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ, ਔਰ ਉਸ ਦੀ ਸਜ਼ਾ ਜਿਹੜੀ ਹੈ ਉਹ ਹੁਣ ਦਿੱਤੀ ਜਾਏਗੀ, 15 ਦਿਨਾਂ 'ਚ ਸਪੈਸ਼ਲੀ 15 ਦਿਨਾਂ 'ਚ ਪੇਸ਼ ਵੀ ਹੋਣਾ ਪਿਆ। ਮੈਂ ਕਹਿੰਦਾ ਲਫ਼ਜ਼ ਕੋਈ ਵੀ ਵਰਤ ਲਿਆ, ਜੋ ਮੈਂ ਪਹਿਲਾਂ ਕਹਿ ਕੇ ਅਕਾਲ ਤਖ਼ਤ ਦਾ ਆਦੇਸ਼, ਉਹਦੇ ਉਹ ਪ੍ਰਵਾਨ ਹੈ, ਉਹਦੇ ਅੱਗੇ ਸਿਰ ਝੁਕਾ ਕੇ ਉਸ ਨੂੰ ਪ੍ਰਵਾਨ ਕਰਦੇ ਹਾਂ ਵਾਰ ਵਾਰ। ਪੁੰਦਰ ਸਾਹਿਬ, ਕਿਉਂਕਿ ਅਕਾਲੀ ਦਲ ਉਹ ਪਾਰਟੀ ਹੈ ਜਿਹੜੀ ਆਜ਼ਾਦੀ ਤੋਂ ਪਹਿਲਾਂ ਦੀ ਪਾਰਟੀ ਹੈ, ਅਕਾਲੀ ਦਲ ਉਹ ਪਾਰਟੀ ਹੈ ਜਦੋਂ ਦੇਸ਼ ਦੇ ਵਿੱਚ ਜੇਲ੍ਹਾਂ ਕੱਟਣ ਦੀ ਵਾਰੀ ਆਈ, ਸਭ ਤੋਂ ਜ਼ਿਆਦਾ ਜੇਲ੍ਹਾਂ ਕੱਟੀਆਂ, ਸੰਘਰਸ਼ ਸਭ ਤੋਂ ਜ਼ਿਆਦਾ ਨਿਭਾਇਆ, ਔਰ ਅੱਜ ਅਕਾਲੀ ਦਲ 2 ਸੀਟਾਂ ਦੇ ਉੱਤੇ ਖੜ ਗਈ, ਲਗਾਤਾਰ ਲੀਡਰ ਸਾਥ ਛੱਡ ਰਹੇ ਨੇ, ਔਰ ਇਸ ਦੀ ਵੱਡੀ ਵਜ੍ਹਾ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ ਨੂੰ ਮੰਨਿਆ ਜਾ ਰਿਹਾ ਸੀ, ਲਗਾਤਾਰ ਕਿਹਾ ਜਾ ਰਿਹਾ ਸੀ ਕਿ ਪ੍ਰਧਾਨ ਬਦਲਣਗੇ, ਹਾਲਾਤ ਬਦਲਣਗੇ। ਤੁਸੀਂ ਕਾਰਜਕਾਰੀ ਪ੍ਰਧਾਨ ਬਣੇ ਹੋ, ਕਿਸ ਤਰੀਕੇ ਦੇ ਹਾਲਾਤ ਬਦਲ ਸਕਦੇ ਹੋ? ਦੇਖੋ, ਹਾਲਾਤ ਬਦਲਣ ਤਾਂ ਸਮਾਂ ਦੱਸੇਗਾ। ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਪ੍ਰਧਾਨ ਜੀ ਵੱਲੋਂ, ਜਾਂ ਉਹਨਾਂ ਨੇ ਜਿਹੜੇ ਸਾਥੀਆਂ ਨਾਲ ਰਾਏ ਕਰਕੇ ਇਹ ਫੈਸਲਾ ਕੀਤਾ ਉਹਨਾਂ ਵੱਲੋਂ, ਮੈਂ ਤਾਂ ਇੱਕੋ ਗੱਲ ਕਰਦਾ ਕਿ ਕੰਮ ਔਖਾ ਬਹੁਤ ਹੈ। ਪਰਮਾਤਮਾ ਪਾਸ ਅਰਦਾਸ ਹੈ ਕਿ ਮੈਥੋਂ ਕੋਈ ਗਲਤੀ ਨਾ ਕਰਾਵੇ, ਕੰਮ ਕਰਨ ਦੀ ਸ਼ਕਤੀ ਦੇਵੇ, ਤਾਂ ਕਿ ਅਸੀਂ ਜਿਹੜੇ ਚੈਲੇਂਜ ਹੈ ਅਸੀਂ ਤਕੜੇ ਹੋ ਕੇ ਉਸਦੇ ਖਿਲਾਫ ਆਪਣੀ ਲੜਾਈ ਲੜ ਸਕੀਏ। ਬਾਕੀ ਜੋ ਅੱਗੇ ਉਹਦਾ ਅਸਰ ਹੈ, ਰਿਜ਼ਲਟ ਹੈ, ਉਹ ਵਾਹਿਗੁਰੂ ਦੇ ਹੱਥ ਹੈ। ਕਿਉਂਕਿ ਤੁਹਾਡਾ ਇੱਕ ਲੰਬਾ ਤਜਰਬਾ ਹੈ, ਸਭ ਤੋਂ ਘੱਟ ਉਮਰ ਦੇ ਵਿੱਚ ਤੁਸੀਂ MLA ਬਣੇ, ਤੁਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਉਸ ਵੇਲੇ ਜੇਲ੍ਹਾਂ ਵੀ ਕੱਟੀਆਂ, ਤੁਹਾਡੀ ਇੱਕ ਇਮਾਨਦਾਰ ਛਵੀ ਹੈ, ਇੱਕ ਇਹ ਹੈ ਕਿ ਤੁਹਾਨੂੰ ਗੁੱਸਾ ਨਹੀਂ ਆਉਂਦਾ, ਤੁਹਾਡੇ ਤੁਸੀਂ ਬੜੇ ਠਰੰਮੇ ਦੇ ਨਾਲ ਚੱਲਦੇ ਹੋ। ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਵੀ ਦੇਖਿਆ, ਜਿਹੜੇ ਵੀ ਨਾਰਾਜ਼ ਹੁੰਦੇ ਸੀ ਮਨਾ ਲੈਂਦੇ ਸੀਗੇ, ਗੱਲ ਲਾ ਲੈਂਦੇ ਸੀਗੇ, ਚੀਜ਼ਾਂ ਨਿਬੇੜ ਦਿੰਦੇ ਸੀ। ਤੁਸੀਂ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਦੌਰ ਵੀ ਦੇਖਿਆ, ਜਿੱਥੇ ਲਗਾਤਾਰ ਨਾਰਾਜ਼ਗੀਆਂ ਵਧਦੀਆਂ ਗਈਆਂ, ਲੀਡਰ ਛੱਡਦੇ ਗਏ, ਕੀ ਕਮੀ ਤੁਹਾਨੂੰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ 'ਚ ਨਜ਼ਰ ਆਈ ਕਿ ਇਹ ਚੀਜ਼ਾਂ ਤੁਸੀਂ ਹੁਣ ਪ੍ਰਧਾਨ ਬਣ ਕੇ ਇੰਪਰੂਵ ਕਰ ਸਕਦੇ ਹੋ, ਇਹ ਗਲਤੀਆਂ ਉਸ ਵੇਲੇ ਹੋਈਆਂ, ਇਸ ਦੇ ਵਿੱਚ ਇਸ ਤਰੀਕੇ ਨਾਲ ਸੁਧਾਰ ਕੀਤਾ ਜਾ ਸਕਦਾ? ਸਮੇਂ ਆਉਂਦੇ ਨੇ, ਉਹਨਾਂ ਮੁਤਾਬਕ ਹਾਲਾਤ ਬਣਦੇ ਨੇ। ਕਈ ਵਾਰੀ ਹਰ ਬੰਦਾ ਇਨਸਾਨ ਸੋਚ ਕੇ ਫੈਸਲਾ ਚੰਗਾ ਕਰਦਾ, ਲੇਕਿਨ ਰਿਜ਼ਲਟ ਕਈ ਵਾਰੀ ਅੱਛਾ ਲੱਗਦਾ। ਜਿਵੇਂ ਕਿਸਾਨ ਹੈ, ਜ਼ੋਰ ਲਾ ਕੇ ਮਿਹਨਤ ਕਰਦਾ, ਫਸਲ ਬੀਜਦਾ, ਆਖਿਰ 'ਚ ਗੜੇ ਪੈ ਜਾਂਦੇ ਨੇ ਅਤੇ ਕੁਛ ਨਹੀਂ ਕਰ ਸਕਦਾ। ਇਹੀ ਪਾਰਟੀਆਂ ਦਾ ਹੈ ਕਿ ਅਸੀਂ ਇੱਕ ਮਨੋਰਟੀ ਕਮਿਊਨਿਟੀ ਨੂੰ ਰਿਪ੍ਰਜੈਂਟ ਕਰਦੇ ਹਾਂ, ਬਹਾਦਰ ਕਮਿਊਨਿਟੀ ਹੈ, ਉਹਦੇ 'ਚ ਹਰ ਬੰਦਾ ਹੀ ਸਰਦਾਰ ਹੈ। ਇਸ ਕਰਕੇ ਕਿਸ ਗੱਲ ਨੂੰ ਕਿਹੜਾ ਬੰਦਾ ਕਿਸ ਤਰ੍ਹਾਂ ਮੰਨ ਲਏ, ਇਹ ਉਸਦੀ ਤਬੀਅਤ ਹੁੰਦੀ ਹੈ। ਸੋ ਮੈਂ ਤਾਂ ਇੱਕੋ ਹੀ ਬੇਨਤੀ ਕਰਾਂਗਾ ਕਿ ਮੈਂ ਸਾਰੇ ਸਾਥੀਆਂ ਨਾਲ ਰਾਏ ਕਰਕੇ ਯਤਨ ਕਰਾਂਗੇ ਕਿ ਅਸੀਂ ਕੋਸ਼ਿਸ਼ ਕਰੀਏ ਕਿ ਜਿੰਨੇ ਮਤਭੇਦ ਘੱਟ ਸਕਣ, ਅਸੀਂ ਇਕੱਠੇ ਹੋ ਕੇ ਰਲ ਕੇ ਇਹ ਜੋ ਕੌਮ ਦੇ ਸਾਹਮਣੇ ਚੁਣੌਤੀਆਂ ਨੇ, ਪੰਜਾਬ ਸਾਹਮਣੇ ਜੋ ਮਸਲੇ ਨੇ, ਪੰਜਾਬ ਦੇ, ਪੰਜਾਬੀਅਤ ਦੇ, ਸਿੱਖ ਕੌਮ ਦੇ, ਉਹਨਾਂ ਵਾਸਤੇ ਅਸੀਂ ਤਕੜੇ ਹੋ ਕੇ ਉਹਨਾਂ ਚੁਣੌਤੀਆਂ ਦਾ ਮੁਕਾਬਲਾ ਕਰ ਸਕੀਏ। ਦੂਜਾ ਵੀ ਕਹਿੰਦੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪ੍ਰਧਾਨਗੀ ਜਿਹੜਾ ਫਰਕ ਹੈ, ਉਹ ਇਹ ਫਰਕ ਹੈ ਕਿ ਤੁਹਾਡੀ ਪਾਰਟੀ ਦੇ ਅੰਦਰ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਇੱਕ ਕੰਪਨੀ ਦੀ ਤਰ੍ਹਾਂ ਚਲਾਉਂਦੇ ਆ, ਬਿਜ਼ਨਸਮੈਨ ਦੀ ਤਰ੍ਹਾਂ ਚਲਾਉਂਦੇ, CEO ਦੀ ਤਰ੍ਹਾਂ ਚਲਾਉਂਦੇ ਨੇ, ਇਹ ਇੱਕ ਵੱਡਾ ਫਰਕ ਜਿਹੜਾ ਵਾ ਦੋਵਾਂ ਦੇ ਵਿੱਚ ਨਜ਼ਰ ਆਇਆ। ਇਹ ਅੱਡ ਅੱਡ ਬੰਦਿਆਂ ਦੀ ਸੋਚ ਹੈ, ਮੈਂ ਤਾਂ ਇੱਥੇ ਕੁਛ ਨਹੀਂ ਕਹਾਂਗਾ। ਮੈਂ ਤਾਂ ਇਹ ਕਹਿਣਾ ਕਿ ਬਹੁਤ ਮਿਹਨਤ ਕਰਨ ਦਾ ਯਤਨ ਕਰਦੇ ਨੇ, ਦਿਨ ਰਾਤ ਕੋਸ਼ਿਸ਼ ਕਰਦੇ ਨੇ, ਨਿਮਰਤਾ ਵੀ ਹੈ, ਸਪਸ਼ਟਵਾਦੀ ਵੀ ਨੇ, ਲੇਕਿਨ ਕਈ ਵਾਰੀ ਕਿਸ ਬੰਦੇ ਨੂੰ ਕਿਹੜੀ ਗੱਲ ਪਸੰਦ ਨਹੀਂ ਆਉਂਦੀ, ਉਹ ਦੂਸਰੇ ਦੇ ਰਾਏ ਤੇ ਮੈਂ ਆਪਦੀ ਟਿੱਪਣੀ ਦੇਣਾ ਕੋਈ ਮੁਨਾਸਬ ਨਹੀਂ ਸਮਝਦਾ। ਮੈਂ ਤਾਂ ਇੰਨੇ ਕਹਿ ਸਕਦਾ ਕਿ ਬੇਤਹਾਸ਼ਾ
ਮਿਹਨਤ ਕਰਨ ਲੱਗੇ ਨੇ ਬਾਦਸ਼ਾਹ ਤੋਂ ਬਾਅਦ, ਨਿਮਰਤਾ ਵੀ ਲਿਆਂਦੀ ਹੈ ਬਾਰ ਬਾਰ ਲੋਕਾਂ ਤੋਂ ਕਿਹਾ, ਜਿਸ ਦਿਨ ਭੋਗ ਸ੍ਰੀ ਬਾਦਸ਼ਾਹ ਦਾ ਉਦਣ ਕਿਹਾ ਕਿ ਭਾਈ ਭਰਾਵੋ ਸਾਥ ਦਿਓ, ਕੌਮ ਨੂੰ ਚੁਣੌਤੀਆਂ ਹਨ, ਮੇਥੋਂ ਅਨੇਕਾਂ ਗਲਤੀਆਂ ਹੋਈਆਂ, ਮੈਂ ਤੁਹਾਡਾ ਬੱਚਾ। ਫਿਰ ਅਕਾਲ ਤਖ਼ਤ ਸਾਹਿਬ ਤੇ ਕਿਹਾ, ਹਮੇਸ਼ਾ ਅਕਾਲ ਤਖ਼ਤ ਤੇ ਜਾ ਕੇ ਸਿਰ ਝੁਕਾਉਂਦੇ ਨੇ, ਮਹੀਨੇ ਦੇ ਮਹੀਨੇ ਪਾਠ ਦਾ ਉੱਥੇ ਭੋਗ ਪੈਂਦਾ, ਆਪ ਹਾਜ਼ਰ ਹੋ ਕੇ ਉੱਥੇ ਨਤਮਸਤਕ ਹੁੰਦੇ ਨੇ। ਤੇ ਜਦੋਂ ਸਾਲਾਨਾ ਸਾਡਾ ਸੀ ਬਰਸੀ, ਇਤਿਹਾਸਕ ਪਾਠ ਸੀ ਜੋ ਸਾਡਾ ਅਕਾਲੀ ਦਲ ਦਾ ਦਿਹਾੜੇ ਦਾ, ਤੇ ਉਸ ਵੇਲੇ ਵੀ ਉਹਨਾਂ ਨੇ ਮਾਫੀਆਂ ਮੰਗੀਆਂ ਤੇ ਸਾਰਿਆਂ ਨੇ ਕਿਹਾ ਵੀ ਕਿ ਬਹੁਤ ਅੱਛਾ ਕੀਤਾ ਅੱਜ। ਫਿਕਰ ਚਲੋ ਹੁਣ ਵੀ ਜੇ ਕਿਸੇ ਨੇ ਕਹਿਤਾ ਜਾਂ ਕਿਹਾ ਸੱਤ ਵਚਨ ਫੇਰ ਮੰਨ ਲਿਆ, ਇਹ ਉਹਨਾਂ ਦੀ ਨਿਮਰਤਾ ਹੀ ਸਾਬਤ ਕਰਦੀ ਹੈ ਨਾ ਕਿ ਨਿਮਰਤਾ ਹੋਈ ਹੈ ਕਿ ਹਾਂ ਜੋ ਕਹਿੰਦੇ ਨੇ ਆਪਾਂ ਉਵੇਂ ਫੇਰ ਮੰਨ ਲੈਂਦੇ ਹਾਂ ਕਿ ਕੋਈ ਨੀ ਮੈਂ ਗੁਰੂ ਪਾਸ ਹੀ ਜਾਣਾ, ਮੈਂ ਰੋਜ਼ ਜਾਣਾ। ਤੁਹਾਨੂੰ ਲੱਗਦਾ ਕਿ ਜਿਹੜੇ ਹੁਣ ਗੁਨਾਹ ਦਾ ਜ਼ਿਕਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਿਹਾ ਜਾ ਰਿਹਾ ਜਾਂ ਜਿਹੜੇ ਇਲਜ਼ਾਮ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਲੱਗੇ, ਚਾਹੇ ਐਸ ਜੀ ਪੀ ਸੀ ਦੀ ਐਡਵਰਟਾਈਜ਼ਮੈਂਟ ਦਾ ਜ਼ਿਕਰ ਹੋਵੇ, ਸੁਮੇਧ ਸੈਣੀ ਨੂੰ ਡੀ ਜੀ ਪੀ ਲਗਾਉਣ ਦਾ ਜ਼ਿਕਰ ਹੋਵੇ ਜਾਂ ਰਾਮ ਰਹੀਮ ਨੂੰ ਮਾਫ਼ੀ ਦਾ ਜ਼ਿਕਰ ਹੋਵੇ, ਇਹ ਗਲਤ ਫੈਸਲੇ ਹੋ ਗਏ, ਉਸ ਵੇਲੇ ਨਹੀਂ ਹੋਣੇ ਚਾਹੀਦੇ ਸੀ। ਜੇਕਰ ਇਹ ਨਹੀਂ ਹੁੰਦੇ ਤਾਂ ਪਾਰਟੀ ਇਸ ਹਾਲਾਤਾਂ ਦੇ ਵਿੱਚ ਨਹੀਂ ਜਾਂਦੀ। ਦੇਖੋ ਮੈਂ 98 ਤੋਂ ਮੈਂਬਰ ਪਾਰਲੀਮੈਂਟ ਬਣਿਆ, ਤਿੰਨ ਟਾਈਮ ਮੈਂਬਰ ਪਾਰਲੀਮੈਂਟ ਰਿਹਾ 2022 ਤੱਕ, ਬਿਜਲੀ ਗੈਪ ਆਉਂਦਾ ਰਿਹਾ ਸਾਲ ਦੋ ਸਾਲ ਦਾ, ਇੱਕ ਵਾਰੀ ਦੋ ਸਾਲ ਦਾ ਆਇਆ ਫਿਰ ਤਾਂ ਇਕੱਠੇ ਆਏ। ਇਸ ਕਰਕੇ ਉਸ ਸਮੇਂ ਜਿਹੜਾ ਇਹ ਸਮਾਂ ਸੀ 15 ਦਾ, ਮੈਂ ਉਸ ਵੇਲੇ ਮੈਂਬਰ ਪਾਰਲੀਮੈਂਟ ਸੀ, ਦਿੱਲੀ ਸੀ, ਕਿਸ ਤਰ੍ਹਾਂ ਕੀ ਫੈਸਲੇ ਹੁੰਦੇ ਰਹੇ ਕਿਵੇਂ ਹੁੰਦੇ ਰਹੇ ਮੈਨੂੰ ਉਹਨਾਂ ਦੇ ਬਹੁਤੇ ਹੈ ਨਹੀਂ। ਇਸ ਕਰਕੇ ਮੈਂ ਉਹਦੇ ਤੇ ਕੋਈ ਗੱਲ ਸੱਚਾਈ ਨਾਲ ਤੇ ਸਫਾਈ ਨਾਲ ਕਹਿਣ ਦੇ ਯੋਗ ਨਹੀਂ। ਮਤਲਬ ਸਾਹਿਬ ਇਸ ਕਰਕੇ ਸੀ ਕਿਉਂਕਿ ਇਸੇ ਗੱਲ ਨੂੰ ਲੈ ਕੇ ਸ਼ਿਕਾਇਤ ਹੋਈ, ਇਸੇ ਗੱਲ ਨੂੰ ਲੈ ਕੇ ਹੁਣ ਤਨਖਈਆ ਕਰਾਰ ਦਿੱਤਾ ਗਿਆ। ਤੁਹਾਨੂੰ ਲੱਗਦਾ ਕਿ ਉਸ ਵੇਲੇ ਸ਼ਾਇਦ ਸਮਝੀ ਉਸ ਤਰੀਕੇ ਨਾਲ ਸਮਝਿਆ ਨਹੀਂ ਗਿਆ ਜਾਂ ਗਲਤੀ ਹੋ ਗਈ ਜਾਂ ਕੁਛ ਹੋ ਗਿਆ? ਮੈਂ ਜੋ ਤੁਹਾਨੂੰ ਪਹਿਲੀ ਗੱਲ ਹੈ ਮੈਂ ਉਹੀ ਦੁਹਰਾਉਣਾ ਕਿ ਮੈਂ ਤਾਂ ਇੱਥੇ ਸੀ ਨਹੀਂ, ਇਹ ਜਿਹੜੇ ਸਾਥੀ ਨੇ ਜਾਂ ਸ਼ਿਕਾਇਤ ਕਰਨ ਗਏ ਨੇ ਜਾਂ ਨਾਲ ਕੈਬਿਨਟ ਸੀ, ਇਸ ਹਾਲਾਤ ਦਾ ਉਹਨਾਂ ਨੂੰ ਪਤਾ ਹੈ ਕਿ ਇਹ ਕਿਉਂ ਗਲਤੀ ਹੋਈ, ਜੇ ਉਹ ਨਾਲ ਸੀ ਤਾਂ ਕੀ ਕਮੀ ਰਹੀ, ਕਿਉਂ ਨਾ ਸੋਚਿਆ ਗਿਆ, ਇਹ ਉਹ ਜਾਣਦੇ ਨੇ। ਉਹ ਸਿੱਧੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਪਾ ਰਹੇ, ਕਹਿੰਦੇ ਕਿ ਸੁਖਬੀਰ ਬਾਦਲ ਹੋਰਾਂ ਦੀ ਗਲਤੀ, ਨਾ ਤਾਂ ਉਹਨਾਂ ਦੀ ਗੱਲ ਦਾ ਇਹ ਕਹਾਂ ਕਿ ਉਹ ਠੀਕ ਹੈ ਨਾ ਮੈਂ ਗਲਤ ਕਹਾਂ, ਕਿਉਂਕਿ ਮੈਂ ਕਿਸੇ ਤੇ ਟਿੱਪਣੀ ਵੀ ਨਹੀਂ ਕਰਨੀ ਚਾਹੁੰਦਾ ਤੇ ਮੈਨੂੰ ਇਹ ਗੱਲ ਵੀ ਮੈਂ ਨਹੀਂ ਕਹਿ ਸਕਦਾ ਕਿ ਕੈਬਨਿਟ ਤੇ ਨਾਲ ਹੁੰਦੀ ਹੈ, ਕੋਈ ਫੈਸਲਾ ਹੁੰਦਾ ਉਹਦੀ ਜ਼ਿੰਮੇਵਾਰੀ ਸਾਂਝੀ ਹੁੰਦੀ ਹੈ। ਇਹ ਨਹੀਂ ਕਿ ਗੱਲ ਜੋ ਸਾਡਾ ਵਿਧਾਨ ਹੈ ਉਹ ਕਹਿੰਦਾ, ਮੈਂ ਉਹ ਗੱਲ ਕਹਿੰਦਾ ਮੈਂ ਆਪਦੇ ਕੋਲੋਂ ਨਹੀਂ ਕਹਿੰਦਾ ਕਿ ਕੈਬਨਿਟ ਦੀ ਜ਼ਿੰਮੇਵਾਰੀ ਹਮੇਸ਼ਾ ਕੁਲੈਕਟਿਵ ਹੁੰਦੀ ਹੈ, ਇਹ ਸਾਡਾ ਜੋ ਕਨਸਟੀਟਿਊਸ਼ਨ ਹੈ ਉਹਦੇ ਮੁਤਾਬਕ ਹੈ। ਇਸ ਕਰਕੇ ਮੈਂ ਇਹਦੇ ਤੇ ਕਿਸੇ ਨੂੰ ਬਾਈ ਨੇ ਜਾਂ ਧੜੇ ਦੇ ਤੌਰ ਤੇ ਕੁਛ ਨਹੀਂ ਕਹਿਣਾ ਚਾਹਾਂਗਾ। ਮੈਂ ਤਾਂ ਇਹ ਕਹਿੰਦਾ ਕਿ ਮੇਰੇ ਵੱਲੋਂ ਇਸ ਤੇ ਕੋਈ ਮੈਂ ਰਾਏ ਦੇਵਾਂ ਟਿੱਪਣੀ ਕਰਾਂ ਉਹ ਨਹੀਂ, ਉਹ ਠੀਕ ਨਹੀਂ ਹੋਏਗੀ, ਗਲਤ ਹੋਏਗੀ ਜੇ ਮੈਂ ਕਹਾਂਗਾ ਤਾਂ ਮੈਨੂੰ ਪਤਾ ਹੀ ਜਦੋਂ ਹੈ ਨਹੀਂ। ਅੱਛਾ, ਕਿਉਂਕਿ ਪਾਰਟੀ ਚ ਉਤਾਰ ਚੜਾਵ ਲੱਗੇ ਰਹਿੰਦੇ ਨੇ, ਜਿਹੜੇ ਅਕਾਲੀ ਦਲ ਦੇ ਨੇੜੇ ਦੇ ਨੇ ਜਾਂ ਜਿਹੜੇ ਸਿੱਖ ਮਾਹਰ ਨੇ ਉਹ ਕਹਿ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਜੋ ਅੱਜ ਸਟੈਪ ਕਰ ਰਹੇ ਨੇ ਉਹਨਾਂ ਪਹਿਲਾਂ ਕੀਤਾ ਹੁੰਦਾ ਤਸਵੀਰ ਬਦਲ ਸਕਦੀ ਸੀ, ਲੇਕਿਨ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਹਿੰਦੇ ਕਿ ਹੁਣ ਕਿਤੇ ਨਾ ਕਿਤੇ ਇਹ ਸਾਰਾ ਕੁਛ ਹੋਣ ਤੋਂ ਬਾਅਦ ਅਕਾਲੀ ਦਲ ਉੱਠ ਸਕਦਾ, ਜੋ ਚੀਜ਼ਾਂ ਕਹੀਆਂ ਜਾ ਰਹੀਆਂ ਸੀ ਪ੍ਰਧਾਨ ਬਦਲਣ ਦੀਆਂ
ਤੁਹਾਨੂੰ ਲਾਤੀਆਂ, ਤੁਹਾਡੇ 'ਚ ਇੱਕ ਵੱਖਰਾ ਸੁਭਾਅ, ਤੁਸੀਂ ਹਰ ਕਿਸੇ ਨੂੰ ਨਾਲ ਲੈ ਕੇ ਚੱਲਦੇ ਹੋ। ਉਧਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਫੈਸਲਾ ਵੀ ਹੋ ਗਿਆ, ਹੁਣ ਅਕਾਲੀ ਦਲ ਜਿਹੜਾ ਗ੍ਰਾਫ ਬਿਲਕੁਲ ਹੇਠਾਂ ਚਲਾ ਗਿਆ ਸੀ, ਦੋ ਸੀਟਾਂ 'ਤੇ ਰਹਿ ਗਿਆ, ਉਹ ਉੱਪਰ ਉੱਠ ਸਕਦਾ, ਹੁਣ ਚੀਜ਼ਾਂ ਜਿਹੜੀਆਂ ਨੇ ਉਹ ਬੈਟਰ ਹੋ ਸਕਦੀਆਂ। ਦੇਖੋ, ਪਰਮਾਤਮਾ ਤੋਂ ਇਹੀ ਅਰਦਾਸ ਕਰਦੇ ਹਾਂ, ਇਹੀ ਆਸ਼ੀਰਵਾਦ ਮੰਗਦੇ ਹਾਂ ਕਿ ਗੁਰੂ ਕਿਰਪਾ ਕਰੇ। ਹਮੇਸ਼ਾ ਹਰ ਚੀਜ਼ 'ਤੇ ਇਨਸਾਨ ਦੀ ਜ਼ਿੰਦਗੀ 'ਚ, ਪਰਿਵਾਰ 'ਤੇ, ਦੇਸ਼ 'ਤੇ, ਕੌਮ 'ਤੇ ਹਮੇਸ਼ਾ ਔਖਾ ਸਮਾਂ ਵੀ ਆਉਂਦਾ, ਸੌਖਾ ਸਮਾਂ ਵੀ ਆਉਂਦਾ, ਜ਼ਿੰਦਗੀ ਦੇ ਹਿੱਸੇ ਨੇ। ਸਾਰੀ ਜ਼ਿੰਦਗੀ ਬੰਦਾ ਸੁਖੀ ਨਹੀਂ, ਸਾਰੀ ਜ਼ਿੰਦਗੀ ਬੰਦਾ ਦੁਖੀ ਨਹੀਂ। ਇਸ ਕਰਕੇ ਸਮੇਂ ਨੇ ਉਹ ਸਮੇਂ ਲੰਘ ਜਾਂਦੇ ਨੇ। ਕਿਸੇ ਵੇਲੇ ਕਾਂਗਰਸ ਕੋਲ 400 ਸੀਟਾਂ ਸੀ, ਕਿਸੇ ਵੇਲੇ 45 ਰਹਿ ਗਈਆਂ, ਹੁਣ 99 ਹੋ ਗਈਆਂ। ਕਿਸੇ ਵੇਲੇ ਬੀਜੇਪੀ ਕੋਲ 2 ਸੀਟਾਂ ਸੀ, ਹੁਣ 300 ਹੋ ਗਈਆਂ। ਇਹ ਸਮੇਂ ਵੱਡੀਆਂ ਵੱਡੀਆਂ ਪਾਰਟੀਆਂ 'ਤੇ ਬਦਲਦੇ ਨੇ, ਅਸੀਂ ਤਾਂ ਇੱਕ ਮਨੋਰਟੀ ਦੀ ਪਾਰਟੀ ਹਾਂ, ਸਾਡੇ ਤਾਂ ਕੋਈ ਬਹੁਤੀ ਵੱਡੀ ਗੱਲ ਹੈ ਨਹੀਂ ਇਹ ਸਮਾਂ ਆਉਣਾ, ਕਿਉਂਕਿ ਇਹ ਦੇਸ਼ ਲੋਕ ਰਾਜ ਹੈ, ਅਸੀਂ ਇੱਕ ਬਹੁਤ ਛੋਟੀ ਮਨੋਰਟੀ ਹਾਂ। ਜਿੰਨੀਆਂ ਇੱਥੇ ਮਨੋਰਟੀਆਂ ਨੇ, ਕੋਈ ਮੁਸਲਮਾਨ ਹੈ, ਈਸਾਈ ਹੈ, ਕੋਈ ਹੋਰ ਜੋ ਹੈ ਵੀ ਸਾਰੀਆਂ, ਬੋਧੀ, ਜੈਨੀ, ਸਭ ਤੋਂ ਘੱਟ ਜਿਹੜੀ ਗਿਣਤੀ ਹੈ ਉਹ ਸਿੱਖਾਂ ਦੀ ਹੈ। ਇਸ ਕਰਕੇ ਛੋਟੀ ਕਮਿਊਨਿਟੀ ਹੋਣ ਕਰਕੇ ਕੁਰਬਾਨੀ ਸਾਡੀ ਵੱਧ ਹੈ, ਦੇਸ਼ ਵਾਸਤੇ ਸਾਡੇ ਜਿਹੜੇ ਹੈ ਜ਼ਿਆਦਾ ਕੁਰਬਾਨੀਆਂ ਨੇ। ਲੇਕਿਨ ਜਦੋਂ ਵੋਟ ਦੀ ਵਾਰੀ ਆਉਂਦੀ ਹੈ ਉਦੋਂ ਵੋਟਾਂ ਗਿਣਤੀ ਦੇ ਨਾਲ ਪੈਂਦੀਆਂ ਨੇ, ਇਸ ਕਰਕੇ ਉੱਥੇ ਆ ਕੇ ਫਿਰ ਉਹ ਕੁਰਬਾਨੀ ਨਹੀਂ, ਉੱਥੇ ਵੋਟ ਦੀ ਗਿਣਤੀ ਆ ਜਾਂਦੀ। ਸਾਹਿਬ, ਤੁਸੀਂ ਵੋਟ ਦੀ ਗੱਲ ਕੀਤੀ, ਬੀਜੇਪੀ ਨੂੰ ਲੈ ਕੇ ਕੀ ਰੁੱਖ ਰਹੇਗਾ? ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਾ ਸੀ ਕਿ ਭਾਈਚਾਰਾ ਆਪਸੀ ਪੰਜਾਬ ਦਾ ਬਣਿਆ ਰਹੇ, ਇਸ ਕਰਕੇ 9 ਮਾਹ ਦਾ ਰਿਸ਼ਤਾ ਬਣਾਇਆ ਗਿਆ। ਤੁਹਾਡਾ ਹੁਣ ਸਟੈਂਡ ਬੀਜੇਪੀ ਨੂੰ ਲੈ ਕੇ ਕੀ ਰਹੇਗਾ? ਦੇਖੋ, ਜਿਹੜਾ ਉਹ ਵੇਲਾ ਸੀ, ਉਸ ਵਕਤ ਦੀ ਉਹ ਮੰਗ ਸੀ। ਸਾਨੂੰ ਦੁੱਖ ਹੈ ਕਿ ਉਸ ਵੇਲੇ ਬੀਜੇਪੀ ਸੀ ਵੀ ਬੜੀ ਛੋਟੀ ਪਾਰਟੀ, ਅਸੀਂ 11 MPਾਂ ਦੇ ਨਾਲ ਜਾ ਕੇ ਅਨਕੰਡੀਸ਼ਨਲ ਸਪੋਰਟ ਬਾਲ ਸਾਹਿਬ ਨੇ, ਟੌਹੜਾ ਸਾਹਿਬ ਨੇ, ਅਸੀਂ ਸਾਰਿਆਂ ਨੇ ਜਾ ਕੇ ਦਿੱਤੀ। ਅਤੇ ਵਾਜਪਾਈ ਸਾਹਿਬ ਦੇ ਸਮੇਂ ਉਹ ਕੋਈ ਵੀ ਗੱਲ ਸੀ ਉਹ ਮੰਨਦੇ ਵੀ ਸੀ, ਕੁਛ ਫੈਸਲੇ ਵੱਡੇ ਨੇ ਜਿਹੜੀਆਂ ਸਟੇਟਾਂ 'ਚ ਉਲਝਦੇ ਸੀ, ਲੇਕਿਨ ਹੋਰ ਕੋਈ ਮਸਲਾ ਜੋ ਉਹਨਾਂ ਦੇ ਸਿੱਧਾ ਮਸ 'ਚ ਹੁੰਦਾ ਸੀ ਉਹ ਮੰਨ ਲੈਂਦੇ ਸੀ। ਲੇਕਿਨ ਜਦੋਂ ਇਹ ਸਮਾਂ ਬਦਲਿਆ, ਅਸੀਂ ਆਪਣੇ ਵੱਲੋਂ ਕੋਸ਼ਿਸ਼ ਸੀ ਕਿ ਅਸੀਂ ਦੇਸ਼ ਵਾਸਤੇ, ਉਸ ਵਾਸਤੇ, ਕਾਂਗਰਸ ਨੇ ਵੱਡੀਆਂ ਗਲਤੀਆਂ ਕੀਤੀਆਂ ਨੇ, ਰਲ ਕੇ ਚੱਲਿਆ ਜਾਵੇ ਤਾਂ ਦੇਸ਼ ਦਾ ਭਲਾ ਹੈ, ਕੌਮ ਦਾ ਭਲਾ ਹੈ, ਪੰਜਾਬ ਦਾ ਭਲਾ ਹੈ। ਲੇਕਿਨ ਬਦਕਿਸਮਤੀ ਹੈ ਕਿ ਇਹਨਾਂ ਨੇ ਉਸ ਤੋਂ ਉਹਨਾਂ ਨੇ ਬਲੂ ਸਟਾਰ ਕੀਤਾ, ਇਹਨਾਂ ਨੇ ਧਰਮ ਨੂੰ ਬਿਲਕੁਲ ਟੁਕੜੇ ਟੁਕੜੇ ਹੀ ਕਰਤਾ, ਕਿਤੇ ਹਜ਼ੂਰ ਸਾਹਿਬ, ਕਿਤੇ ਪਟਨਾ ਸਾਹਿਬ, ਕਿਤੇ ਦਿੱਲੀ, ਕਿਤੇ ਹਰਿਆਣਾ, ਇਹ ਚੀਜ਼ਾਂ ਸਾਰੀਆਂ ਉਸ ਤੋਂ ਵੱਡੇ ਹਮਲੇ ਹੋ ਗਏ ਨੇ। ਇਸ ਕਰਕੇ ਸਾਨੂੰ ਫੈਸਲੇ ਲੈਣੇ ਪਏ ਨੇ, ਪਰ ਉਹ ਫੈਸਲੇ ਜਿੰਨਾ ਚਿਰ ਉਹਨੂੰ ਦਰੁਸਤ ਨਹੀਂ ਕਰਦੇ ਸਾਡੀ ਦੁਆਰਾ ਗੱਲ ਹੋ ਹੀ ਨਹੀਂ ਸਕਦੀ। ਵੱਡਾ ਸਾਡੇ ਸਾਹਮਣੇ ਇਹ ਮਸਲਾ, ਇਸ ਕਰਕੇ ਜੇ ਕੋਈ ਕਹੇ ਕਿ ਸਾਡੀ ਗੱਲ ਹੋ ਜਾਏਗੀ, ਬਿਲਕੁਲ ਨਹੀਂ ਹੋ ਸਕਦੀ। ਦੂਸਰਾ ਪੰਦਰ ਸਾਹਿਬ, ਇਹ ਵੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਅਕਾਲ ਤਖ਼ਤ ਸਾਹਿਬ ਨੇ ਵੀ ਕਿਹਾ ਕਿ ਨਿਮਾਣਾ ਸਿੱਖ ਹੋ ਕੇ ਆਵੇ, ਉਹ ਵੀ ਸੁਖਬੀਰ ਸਿੰਘ ਬਾਦਲ ਵੀ ਕਹਿ ਰਹੇ ਮੈਂ ਨਿਮਾਣਾ ਸਿੱਖ ਹੋ ਕੇ ਆਵਾਂਗਾ, ਕੀ ਉਹ ਪ੍ਰਧਾਨ ਅਜੇ ਵੀ ਰਹਿਣਗੇ ਜਾਂ ਸਾਰੀਆਂ ਪਾਵਰਾਂ, ਕਿਉਂਕਿ ਅਰਸ਼ਦੀਪ ਕਲੀਅਰ ਕਹਿ ਰਹੇ ਸੀ ਕਿ ਸਾਰੀਆਂ ਪਾਵਰਾਂ ਤੁਹਾਨੂੰ ਦੇ ਦਿੱਤੀਆਂ ਗਈਆਂ ਨੇ, ਜਿਵੇਂ ਅਸੀਂ ਕਾਂਗਰਸ ਨੂੰ ਦੇਖਿਆ ਰਾਹੁਲ ਗਾਂਧੀ ਸਾਈਡ ਹੋ ਗਏ, ਮਲਿਕਾਰਜਨ ਖੜਗੇ ਹੋਰਾਂ ਨੇ ਸਾਰੀ ਜ਼ਿੰਮੇਵਾਰੀ ਸੰਭਾਲੀ, ਰਾਹੁਲ ਗਾਂਧੀ ਸਾਰਥੀ ਬੰਦੇ, ਕੀ ਇਸੇ ਤਰੀਕੇ ਨਾਲ ਇੱਥੇ ਵੀ ਰਹੇਗਾ? ਕੁਦਰਤੀ ਹੈ ਕਿ ਸਾਰੀਆਂ ਪਾਵਰਾਂ ਦਿੱਤੀਆਂ, ਤਾਂ ਹੀ ਦੇਖੋ ਜਿਹੜਾ ਹੈ, ਤਾਂ ਹੀ ਕਰ ਰਿਹਾ ਨਾ ਮੈਂ ਸਾਰੀਆਂ ਚੀਜ਼ਾਂ ਇਹ, ਕਿ ਜੇ ਪਾਵਰਾਂ ਦਿੱਤੀਆਂ ਤਾਂ ਮੇਰੇ 'ਤੇ ਜ਼ਿੰਮੇਵਾਰੀ ਪਈ ਹੈ ਤਾਂ ਮੈਂ ਸਮਝਦਾ ਕਿ ਉਸ ਨੂੰ ਨਿਭਾਵਾਂ ਤਰੀਕੇ ਸਿਰ।
ਸੋ ਇਹ ਤਾਂ ਪੁੱਛਣ ਦੀ ਲੋੜ ਹੀ ਨਹੀਂ, ਜਿਹੜਾ ਕੋਈ ਕਿੰਤੂ ਪਰੰਤੂ ਕਰਦਾ ਉਹਦਾ ਮੈਂ ਜਵਾਬ ਨਹੀਂ ਦੇਣਾ। ਲੇਕਿਨ ਜਦੋਂ ਵਰਕਿੰਗ ਪ੍ਰਧਾਨ ਬਣਾ ਦਿੱਤਾ ਤਾਂ ਇਹਦਾ ਮਤਲਬ ਕਿ ਪਾਵਰਾਂ ਦੇਤੀਆਂ ਉਹਨਾਂ ਨੇ। ਸੁਖਬੀਰ ਸਿੰਘ ਬਾਦਲ ਪ੍ਰਧਾਨ ਹੈ ਅਜੇ ਜਾਂ ਹੁਣ ਤੁਹਾਡੇ ਕੋਲ ਸਾਰੀ ਪਾਰਟੀ ਦੀ ਕਮਾਨ? ਵਿਧਾਨਕ ਵਿਧਾਨਕ ਟੈਕਨੀਕਲ ਪੁਆਇੰਟ ਵੱਖਰਾ, ਲੇਕਿਨ ਉਹ ਨੋਮੀਨੇਟ ਕਰ ਸਕਦੇ ਆ, ਉਹਨਾਂ ਨੇ ਕਰਤਾ ਵਰਕਿੰਗ ਪ੍ਰਧਾਨ, ਇਸ ਕਰਕੇ ਸਾਰੀ ਕਮਾਂਡ ਤੁਹਾਡੇ ਹੱਥ ਆਟੋਮੈਟਿਕ। ਤੇ ਸੁਖਬੀਰ ਸਿੰਘ ਬਾਦਲ ਦਾ ਕੀ ਰੋਲ ਰਹੇਗਾ? ਉਹ ਜਿਸ ਤਰ੍ਹਾਂ ਪਾਰਟੀ ਚ ਕੰਮ ਕਰਦੇ ਨੇ ਉਹ ਸੇਵਾ ਤਾਂ ਪਾਰਟੀ ਦੀ ਕਰਨਗੇ, ਉਹ ਇਹ ਤਾਂ ਨਹੀਂ ਕਿ ਸੇਵਾ ਤੋਂ ਭੱਜਦੇ ਨੇ। ਲਾਸਟ ਸਵਾਲ, ਕਿਉਂਕਿ ਹੁਣ ਤੁਸੀਂ ਜਾਣਾ, ਤੁਹਾਡੇ ਮੋਟੇ ਮੋਟੇ 3-5 ਕਦਮ ਕਿਹੜੇ ਰਹਿਣਗੇ ਜਿਹਦੇ ਨਾਲ ਪਾਰਟੀ ਉੱਪਰ ਉੱਠੇ? ਤੁਸੀਂ ਬੰਦੀ ਸਿੰਘਾਂ ਨੂੰ ਲੈ ਕੇ ਚੱਲੋਗੇ, ਧਰਮ ਦੇ ਮਸਲੇ ਤੇ SGPC ਨੂੰ ਨਾਲ ਲੈ ਕੇ, ਕੀ ਤੁਹਾਡੇ ਤੁਹਾਡੀ ਰੂਪਰੇਖਾ ਜਾਂ ਬਾਕੀ ਧੜੇ ਨੂੰ ਤੁਸੀਂ ਨਾਲ ਲੈ ਕੇ ਚੱਲੋਗੇ ਕਿ ਹੁਣ ਸਾਰੀਆਂ ਨਾਰਾਜ਼ਗੀਆਂ ਖਤਮ ਕੀਤੀਆਂ ਜਾਣ? ਸਾਰੀਆਂ ਚੀਜ਼ਾਂ ਧਰਮ ਸਭ ਤੋਂ ਉੱਪਰ ਹੈ, ਤਾਮੀ ਸਾਹਿਬ ਹੋਰਾਂ ਦੀ ਤਾਂ ਸਪੋਰਟ ਉੱਪਰ ਹੈ, ਲੈਣੀ ਲੈਣੀ ਹੈ, ਬਾਕੀ ਸਾਥੀਆਂ ਦੀ ਸਪੋਰਟ ਲੈ ਕੇ ਸਾਰਿਆਂ ਦੀ, ਜੋ ਅਸੀਂ ਸਾਰੇ ਰਲ ਕੇ ਫੈਸਲਾ ਕਰਾਂਗੇ ਉਹਦੇ ਮੁਤਾਬਕ ਸੇਵਾਦਾਰ ਬਣ ਕੇ ਕੰਮ ਕਰਾਂਗੇ, ਇਹ ਮੇਰੀ ਡਿਊਟੀ ਹੋਏਗੀ। ਤੁਹਾਨੂੰ ਕੰਡਿਆ ਪ੍ਰਤਾਜ ਮੁਬਾਰਕ, ਬਹੁਤ ਵੱਡੀ ਜ਼ਿੰਮੇਵਾਰੀ ਤੇ ਬੜੀ ਔਖੀ ਜ਼ਿੰਮੇਵਾਰੀ ਤੁਹਾਡੇ ਉੱਤੇ। ਬਹੁਤ ਧੰਨਵਾਦ, ਗੁਰੂ ਤੋਂ ਆਸ਼ੀਰਵਾਦ ਮੰਗਦੇ ਆ, ਸੰਗਤ ਤੋਂ ਮੰਗਦੇ ਆ, ਸੰਗਤ ਨੂੰ ਬੇਨਤੀ ਕਰਦੇ ਆ ਕਿ ਸਾਥ ਦਿਓ, ਕੌਮ ਦੇ ਚੈਲੇਂਜ ਨਾਲ ਰਲ ਕੇ ਇਹਨੂੰ ਪ੍ਰਵਾਨ ਕਰੀਏ। ਚਲੋ, ਬਹੁਤ ਬਹੁਤ ਧੰਨਵਾਦ। ਤਾਂ ਸਰਦਾਰ ਬਲਵਿੰਦਰ ਸਿੰਘ ਭੁੰਦੜ, ਵੱਡੀ ਤੇ ਬੜੀ ਅਹਿਮ ਜ਼ਿੰਮੇਵਾਰੀ ਨਿਊਜ਼ 18 ਤੇ ਪਹਿਲਾ ਇੰਟਰਵਿਊ ਸਭ ਤੋਂ ਪਹਿਲਾਂ, ਔਰ ਇਸ ਵੇਲੇ ਪਹੁੰਚੇ ਨੇ ਗੁਰੂ ਘਰ ਮੱਥਾ ਟੇਕਣ। ਜਦੋਂ ਪਹੁੰਚੇ ਤਾਂ ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਰਸਤੇ ਦੇ ਵਿੱਚ ਨਿਊਜ਼ 18 ਦੇ ਨਾਲ ਕੀਤੀ